मेरे वालों सारे जी प्यार भरी सत श्री अकाल। अज की जी वीडियो एक सरदास टेक यूट्यूब चैनल है अपने बाई का, बहुत वधिया काम करता वीर, बड़ी इनफॉर्मेशन दिंदा पंजाबी गाणियां बारे, पंजाबी इंडस्ट्री दे शख्सियतों बारे, तो बहुत ही अच्छा चैनल है। जाके सारे सारे जने जाके सबसक्राइब जरूर करो, ठीक है। इन्हां दी अज आपां एक वीडियो देखनी है जिहदा टाइटल है सरदास टेक ऑन बेस्ट ऑफ 2021। सिद्धू मूसेवाला करना औजला बबूमान जस ढिल्लों, मतलब किहड़े किहड़े गाने बेस्ट आ वो अज आप देखांगे। पंजाबी सारिया ने वीडियो पूरी देखो एंड तक, तो मेरिया गल्लां बातां सुन के जरूर। पता भी नहीं लग्या तो अद्धा साल 2021 लंघ भी गया, एंड जिन्ने पंजाबी गाने पिछले 6 महीनों च रिलीज़ होए ने आई एम श्योर कि उन्हां चों अद्धे कु तो तुहानू भुल ही गए होणे। सो असीं सोचिया वी इन्ने सारे गीतां विचों जिहड़े सब तो खास ने, क्यों ना उन्हां नूं इक वीडियो विच समेटिया जाए, पंजाबी गाने दा इदां कैप दे रूप विच। गायकां दा ते सब नूं पता हुंदा है, पर कोई वी गाना बनाउण पिछे एक बंदे दा नहीं बल्कि पूरी टीम दा हाथ हुंदा है। yes. इसलिए इस वीडियो विच असी बस टॉप दे सॉन्ग्स या सिंगर्स बारे ही गल नहीं करांगे, बल्कि पिछले 6 महीनों दे टॉप 10 सॉन्ग राइटर्स, वीडियो डायरेक्टर्स ते म्यूजिक डायरेक्टर्स वल भी लाइव या जो फुल ऑफ इंफॉर्मेशन, ताकि वड्डा होए वीडियो पूरी देखो, आर्टिस्ट नु उसदा बनदा हक ते रिकॉग्निशन मिल सके। इस दे नाल शुरू करदे हां। 6 कैटेगरीज विचों साडी पहली कैटेगरी है टॉप 10 म्यूजिक डायरेक्टर्स दी, यानी कि ओ बंदे जिहड़े गीतां विच संगीत दिंदे ने। मतलब जिहड़ी आपां वीडियो देखदे आ ओह वीडियो बनाउण दा जिहड़ा तरीका, इकवंदर सिंह आह गाणा बहुत फेमस सीगा, डैडी भी यार इन्हां बंदियां नूं आपां जाणदे आं, तां गुरु सिद्धू नूं कोई जाणदा, कोई भी दरख्त जिंदा नहीं रह सकदा। हाँ। उसे तरह जे तुसीं सोचो भी बिना लिरिक्स दे गाना बना लोगे तां इह भी पॉसिबल नहीं। सो इह ने साल 2021 दे पहले 6 महीनों दे टॉप 10 लिरिसिस्ट यानी कि सोंग राइटर्स जां गीतकार। सोंग राइटर नूं पैसे बड़े मिलदे आ, ਜੀ ਬੜਾ। ਹਾਂ ਇਹ ਤਾਂ ਕਹਿਣ ਸੀ ਬਹੁਤ ਵਧੀਆ ਲਿਖਿਆ ਹੈ ਯਾਰ, ਪਰ 9ਵੇਂ ਨੰਬਰ ਤੇ ਗਾ ਤੁਹਾਨੂੰ ਮੁੰਡਾ ਸਟਾਰ ਬਣਿਆ ਕਿ ਨਹੀਂ ਯਾਰ, ਕਮਾਲ ਹੀ ਕਰਦੀ ਯਾਰ ਭਾਈ। ਬਈ ਨਵੇਂ ਕਲਾਕਾਰਾਂ 'ਚ ਬੱਬੂ ਮਾਨ ਹਜੇ ਵੀ ਠੁੱਕ ਪੂਰੀ ਰੱਖਦਾ। ਅਰਜਨ ਢਿੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਫੀਮੇਲ ਸਿੰਗਰਸ ਨੂੰ ਪਰਦੇ ਤੇ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ, ਪਰ ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦਾ ਕੰਟਰੀਬਿਊਸ਼ਨ ਕਿਸੇ ਪੱਖੋਂ ਵੀ ਘੱਟ। ਇਹ ਚੱਕਰ ਇੱਕ ਬੜਾ ਪਿਆ ਯਾਰ, ਜੇ ਜਿੱਦਾਂ ਗੁਰਲੇਜ਼ ਅਖਤਰ ਆ ਹਨਾ ਜਾਂ ਸੁਦੇਸ਼ ਕੁਮਾਰੀ ਆ, ਮਤਲਬ ਇਹਨਾਂ ਦੀ ਆਵਾਜ਼ ਇੰਨੀ ਸੋਹਣੀ ਆ, ਸਿੰਗਰਾਂ ਨੂੰ ਚਾਹੀਦੀ ਤਾਂ ਇਹੀ ਆਵਾਜ਼ ਆ, ਪਰ ਵੀਡੀਓ 'ਚ ਨਹੀਂ ਚਾਹੀਦੀ ਹੁੰਦੀ। ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਆ ਆਪਣੀ ਪੰਜਾਬੀ ਇੰਡਸਟਰੀ ਦੀ, ਉਦੋਂ ਉਹ ਕਿਸੇ ਹੋਰ ਮਾਡਲ ਨੂੰ ਲਿਆ ਕੇ ਉੱਤੇ ਖੜੀ ਕਰ ਦਿੰਦੇ ਆ ਯਾਰ, ਗਲਤ ਗੱਲ ਆ। ਈਵਨ ਕਿ ਉਹਨਾਂ ਦਾ ਨਾਮ ਤੱਕ ਜਿਹੜਾ ਟਾਈਟਲ 'ਚ ਜਾਂ ਕ੍ਰੈਡਿਟ 'ਚ ਨਾਮ ਨਹੀਂ ਦਿੱਤਾ ਜਾਂਦਾ, ਕਿੰਨੀ ਉਹ ਚੱਲ ਰਹੀ ਹੈ ਯਾਰ ਪੰਜਾਬੀ ਇੰਡਸਟਰੀ 'ਚ ਵੀ, ਬਹੁਤ ਕਾਲਾ ਮਾਲਾ। ਸੋ ਇੱਕ ਨਜ਼ਰ ਪਿਛਲੇ 6 ਮਹੀਨਿਆਂ ਦੇ ਟੌਪ 10 ਫੀਮੇਲ ਵੋਕਲਿਸਟ ਜਾਂ ਫੀਮੇਲ ਸਿੰਗਰਸ ਤੇ। 10ਵੇਂ ਨੰਬਰ ਤੇ ਉਮੀਦ ਨਹੀਂ ਜੀ ਯਾਰ, ਬਈ ਆਪਾਂ ਤਾਂ ਕਈਆਂ ਨੂੰ ਜਾਣ ਇਹ ਤਾਂ ਜਾਣਦੇ ਹਾਂ, ਪਰ ਜਿਹੜੀ ਲਾਸਟ ਵਾਰੀ ਉਹਨੂੰ ਤਾਂ ਆਪਾਂ ਦੇਖਿਆ ਨਹੀਂ ਕਦੇ, ਜਿਹੜੀ ਆਪਾਂ ਹੁਣੇ ਗੱਲ ਕੀਤੀ ਦੇਖਿਆ ਵੀਡੀਓ 'ਚ ਇਹਨਾਂ ਦਾ ਨਾਮ ਨਿਸ਼ਾਨ ਨਹੀਂ ਹੈਗਾ ਕਿਤੇ। ਸੁਦੇਸ਼ ਕੁਮਾਰ ਵੀ ਵੀਡੀਓ 'ਚ ਨਹੀਂ, ਬਾਬਾ ਜੀ ਵਾਕਈ
ਇਹਨਾਂ ਦੇ ਗਾਣੇ ਸੁਣ ਕੇ ਦੇਖੋ ਜੀ ਮਜ਼ਾ ਆਉਂਦਾ। ਹਾਂ ਦੀਪਕ ਢਿੱਲੋਂ ਵੀ ਇੱਕ ਇੱਦਾਂ ਦੇ ਆਰਟਿਸਟ ਹੈ ਜਿਹਨੂੰ ਕ੍ਰੈਡਿਟ ਨਹੀਂ ਦਿੱਤਾ ਜਾਂਦਾ, ਮੁਕਾਬਲੇ ਨੰਬਰ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ, ਇਸ ਲਈ ਸਾਡੀ ਨੈਕਸਟ ਮੇਲ ਵੋਕਲਿਸਟ ਜਾਂ ਸਿੰਗਰ ਵਾਲੀ ਕੈਟੇਗਰੀ ਵਿੱਚ 10 ਦੇ ਬਜਾਏ 12 ਮੇਲ ਸਿੰਗਰਸ ਸ਼ਾਮਿਲ ਨੇ। ਚਲੋ ਜੀ, ਕਿਉਂਕਿ ਸਿੰਗਰ ਹੀ ਬੜੇ ਆ ਭਾਵਾ। ਲਾਈਟ ਗਈ ਯਾਰ ਥੋੜਾ ਜਿਹਾ, ਆ ਜਾਣੀ ਹੁਣੇ ਕੋਈ ਨਾ। ਚਿੰਨੀ ਨਾਲ ਗਿਲੇ ਸਾਰੇ ਸਾਫ ਕਰ ਦੂੰ, ਡਰੇ ਹੁੰਦੇ ਆ ਜੇ ਹੋ ਗਈ ਕਿਸੇ ਹੋਰ ਦੀ, ਫਾਇਦਾ ਕੀ ਆ ਤੇਰੀ ਸਾਰੇ ਦਾੜੀ ਦਾ ਜੋ ਫਕਰਾ ਨਾਲ ਤੂੰ। ਆ ਗਾਣਾ ਬਹੁਤ ਸੋਹਣਾ ਸੀ ਯਾਰ, ਤੂੰ ਸ਼ਾਇਦ ਬਣਾ ਗਈ ਹੈ ਹਾਏ ਇਸ ਪਾਗਲ ਨੂੰ, ਕਾਚੇ ਤਾਏ ਲੱਖ ਹੋਵਣ ਪਾਵੇ ਤੂੰ ਹੋ ਗਾਣਾ। ਰਣਜੀਤ ਬਾਜ ਵੀ ਗਾਣੇ ਬਾਲੇ ਗਾਣੇ ਹੁੰਦੇ, ਕਾਕਾ ਤਾਂ ਸਿਰ ਲਾਈ ਜਾਂਦਾ। ਆਹ ਵੀ ਬਹੁਤ ਵਧੀਆ, ਨਿਰਵੈਰ ਬੰਨੀ ਯਾਰ, ਸਾਰੇ ਬੰਦੇ ਵਧੀਆ ਗਾਉਂਦੇ ਆ ਵਾਲੇ, ਬਹੁਤ ਵਧੀਆ ਲਿਸਟ ਬਣਾਈ ਹੈ। ਕਿਆ ਬਾਤ, ਪਹਿਲੇ ਨੰਬਰ ਤੇ ਰੱਖਿਆ, ਸਹੀ ਹੈ, ਚਾਹੀਦਾ ਵੀ ਹੈ। ਪੰਜਾਬੀ ਗੀਤਾਂ ਦੀ ਸਕਸੈਸ ਦਾ ਜੇ ਕਿਸੇ ਨੂੰ ਸਭ ਤੋਂ ਘੱਟ ਕ੍ਰੈਡਿਟ ਮਿਲਦਾ ਹੈ ਤਾਂ ਉਹ ਹੋਣਗੇ ਵੀਡੀਓ ਡਾਇਰੈਕਟਰਸ, ਜਿਹੜੀਆਂ ਆਪਾਂ ਜਾਣਦੇ ਨਹੀਂ ਹੁੰਦੇ, ਚਾਰ ਚੰਨ ਲਾ ਦਿੰਦੀਆਂ ਨੇ। ਉਹਨਾਂ ਨੂੰ ਬਣਾਉਣ ਵਾਲੇ ਬੰਦਿਆਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ, ਪਰ ਅਸੀਂ ਉਹਨਾਂ ਦੇ ਵੀ ਪੂਰਾ ਪੂਰਾ ਧਿਆਨ ਦਿੱਤਾ ਹੈ। ਸੋ ਨੈਕਸਟ ਕੈਟਾਗਰੀਜ਼, ਟੌਪ 10 ਵੀਡੀਓ ਡਾਇਰੈਕਟਰਸ ਆਫ 2021। ਵੇੜੇ ਵਿੱਚ ਖੜਾ ਇੰਜ ਲੱਗਦਾ ਗੈਰੀ ਬਿਲਕੁਲ ਖੜਾ ਮੇਰਾ ਬਾਬਾ ਹੈ, ਹਰ ਵੀ ਹੈ ਹੈਰੀ ਦੇ ਹੈਰੀ ਦੇ ਪ੍ਰੀਤ ਸਿੰਘੂ। ਇਹਦੇ 'ਚ ਗੈਰੀ ਸੰਧ ਨੇ ਕਿ ਚੱਪਲਾਂ ਹੱਥ 'ਚ ਪਾ ਕੇ ਕਿੰਨਾ ਦੇਸੀ ਬੰਦਾ ਲੱਗਦਾ ਯਾਰ। ਤੇਰੇ ਨਾਲ ਹੋਈਆ ਕਿੰਨੇ ਸੋਹਣੇ ਹੋ ਗਏ ਨੇ ਦੇਣੀ ਅੱਠ ਪੈਰ, ਸਕਾਉਣ ਗੱਭਰੂ ਦਾ ਗੁੱਡ ਵਾਲੀ ਲੁੱਡੀ ਪਾ ਫੜਨ ਕਿਸੇ ਨੂੰ ਤੇਰੇ। ਹੁਣ ਆ ਜਿਹੜੇ ਵੀਡੀਓ ਡਾਇਰੈਕਟਰ, ਇਹਨਾਂ ਨੂੰ ਆਪਾਂ ਬਹੁਤ ਘੱਟ ਜਾਣਦੇ ਆ। ਇਹ ਤਾਂ ਕੋਈ ਅੰਗਰੇਜ਼ੀ ਲੱਗਦਾ ਹੈਕਟਰ। ਸਾਡੀ ਇਸ ਵੀਡੀਓ ਦੀ ਲਾਸਟ ਕੈਟੇਗਰੀ ਹੈ 10 ਮੋਸਟ ਪਪੂਲਰ ਸੌਂਗਸ ਆਫ ਦਾ ਈਅਰ, ਉਹ 10 ਗਾਣੇ ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਵਿੱਚ ਸਭ ਤੋਂ ਵੱਧ ਸ਼ੋਰ ਮਚਾਇਆ। ਇਹ ਵੀ ਬਹੁਤ ਚੱਲਿਆ ਤੇਰਾ ਹੀ ਹੋ, ਟੈਂਪਰੇਰੀ ਪਿਆਰ ਵੀ ਬਹੁਤ ਚੱਲਿਆ ਯਾਰ। ਯਾਰ ਮਿਊਜ਼ਿਕ ਆਪਣੀ ਪੰਜਾਬੀ ਇੰਡਸਟਰੀ ਦਾ ਮਿਊਜ਼ਿਕ ਵਾਕਈ ਬੜਾ ਘੈਂਟ ਹੁੰਦਾ। ਮੈਂ ਕਹਿੰਦਾ ਸਿੱਧੂ ਮੂਸੇਵਾਲਾ ਹਰ ਤਰ੍ਹਾਂ ਦੇ ਗਾਣੇ ਗਾਉਂਦਾ, ਆ ਗਿਆ ਕਰਨ ਔਜਲਾ। ਮੇਰੀ ਓਪੀਨੀਅਨ ਵਿੱਚ ਪਿਛਲੇ 6 ਦੀ ਵੀਡੀਓ ਹੋਪਸ ਤੁਹਾਨੂੰ ਚੰਗੀ ਲੱਗੀ ਹੋਣੀ ਹੈ, ਅਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਥੱਲੇ, ਅਤੇ ਬਾਈ ਦੇ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ, ਕਿਤੇ ਤੁਸੀਂ ਭੁੱਲ ਨਾ ਜਾਓ, ਠੀਕ ਹੈ। ਬਾਈ ਦੇ ਚੈਨਲ 'ਤੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈ ਨਾ ਪੰਜਾਬੀ ਇੰਡਸਟਰੀ ਬਾਰੇ, ਕਿਉਂਕਿ ਆਪਣੇ ਪੰਜਾਬੀ ਲੋਕਾਂ ਨੂੰ ਬਹੁਤ ਘੱਟ ਪਤਾ ਹੋਣਾ ਪੰਜਾਬੀ ਇੰਡਸਟਰੀ ਦੀਆਂ ਅੰਦਰਲੀਆਂ ਗੱਲਾਂ, ਜਾਂ ਜਿਹੜਾ ਇੱਕ ਬੰਦਾ ਗਾਣੇ 'ਚ ਕੰਮ ਕਰ ਰਿਹਾ, ਕਿਹੜੀ ਟੀਮ ਹੈ, ਕਿਹੜਾ ਵੀਡੀਓ ਡਾਇਰੈਕਟਰ ਹੈ, ਕਿਹੜਾ ਮਿਊਜ਼ਿਕ ਪ੍ਰੋਡਿਊਸਰ ਹੈ, ਹੈ ਨਾ, ਕਿਹਨੇ ਗਾਣਾ ਲਿਖਿਆ, ਬਹੁਤ ਘੱਟ ਪਤਾ ਹੁੰਦਾ ਆਪਾਂ ਨੂੰ। ਪਰ ਇਸ ਬਾਈ ਦੇ ਚੈਨਲ 'ਤੇ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ, ਈਜ਼ੀਲੀ ਮਿਲ ਜਾਂਦੀ ਆ, ਹੈ ਨਾ, ਅਤੇ ਬਹੁਤ ਵਧੀਆ ਵੀਡੀਓ ਬਣਾਉਂਦੇ ਆ, ਅਤੇ ਮਜ਼ਾ ਆਉਂਦਾ ਇਹਨਾਂ ਦੀ ਵੀਡੀਓ ਦੇਖ ਕੇ। ਮੈਂ ਅੱਜ ਪਹਿਲੀ ਵਾਰੀ ਇਹਨਾਂ ਦੀ ਵੀਡੀਓ 'ਤੇ ਰਿਐਕਸ਼ਨ ਬਣਾ ਰਿਹਾ, ਨਹੀਂ ਤਾਂ ਮੈਂ ਇਹਨਾਂ ਦੀ ਹਰ ਵੀਡੀਓ ਲਗਭਗ ਦੇਖਦਾ, ਅਤੇ ਬਾਕੀ ਆਪਾਂ ਸਾਰੀ ਵੀਡੀਓ ਦੇਖ ਹੀ ਲਈ ਹੈ। ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕਿਤੇ ਰਿਵਿਊ ਕਰਨ ਦੀ ਲੋੜ ਹੈ ਵੀਡੀਓ ਦੀ, ਅਤੇ ਸਿਰਫ ਇਹੀ ਹੈ ਕਿ ਹਾਂ ਵੀ ਆਪਣਾ ਰਿਐਕਸ਼ਨ ਸੀਗਾ, ਤੁਹਾਨੂੰ ਕਿੱਦਾਂ ਲੱਗਾ ਉਹ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕੁਝ ਨਵੀਆਂ ਗੱਲਾਂ ਮੈਂ ਵੀ ਅੱਜ ਸਿੱਖੀਆਂ, ਕਿਉਂਕਿ ਬਹੁਤ ਤਰ੍ਹਾਂ ਦੇ ਇੱਦਾਂ ਦੇ ਮਿਊਜ਼ਿਕ ਜਿਹੜੇ ਵੀਡੀਓ ਡਾਇਰੈਕਟਰ ਸੀਗੇ ਜਿਨ੍ਹਾਂ ਨੂੰ ਮੈਂ ਦੇਖਿਆ ਤੱਕ ਨਹੀਂ, ਜਿਨ੍ਹਾਂ ਨੂੰ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਵੀਡੀਓ ਡਾਇਰੈਕਟਰ ਆ, ਠੀਕ ਹੈ, ਮਤਲਬ ਕਦੇ ਨਾਮ ਹੀ ਨਹੀਂ ਸੁਣਿਆ ਉਹਨਾਂ ਦਾ, ਅਤੇ ਨਾਲੇ ਉਹਨਾਂ ਦੇ ਜਿਹੜੇ ਗਾਣੇ ਆ ਉਹ ਇੰਨੇ ਸੁਪਰ ਡੁਪਰ ਹਿੱਟ ਆ। ਸੋ ਇਹ ਚੀਜ਼ ਆ, ਆਪਾਂ ਨੂੰ ਇਹਨਾਂ ਚੀਜ਼ ਮਤਲਬ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ, ਹੈ ਨਾ। ਨਹੀਂ ਤਾਂ ਅੱਜ ਕੱਲ੍ਹ ਕੀ ਹੈ, ਸਿਰਫ ਜਿਹੜੇ ਵੱਡੇ ਵੱਡੇ ਨਾਮ ਹੈ ਨਾ, ਕੁਝ ਕੁਝ ਵੱਡੇ ਨਾਮ ਆ ਜਿਹੜੇ ਵੀਡੀਓ ਡਾਇਰੈਕਟਰ ਆ, ਉਹਨਾਂ ਦੇ ਨਾਮ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਜਾਣਗੇ ਟਾਈਟਲ ਦੇ ਵਿੱਚ ਕੋਈ ਵੀ ਗਾਣਾ ਹੋਵੇ,
ਅਤੇ ਜਾਂ ਫਿਰ ਕੋਈ ਵੱਡਾ ਗੀਤਕਾਰ ਆ ਉਹਦਾ ਤੁਹਾਨੂੰ ਟਾਈਟਲ 'ਚ ਨਾਮ ਮਿਲ ਜੂਗਾ, ਪਰ ਜਿਹੜੇ ਛੋਟੇ ਆ ਉਹਨਾਂ ਦਾ ਨਾਮ ਨਹੀਂ ਮਿਲਣਾ। ਅਤੇ ਜਿਹੜਾ ਫੀਮੇਲ ਨੂੰ ਜਿਹੜਾ ਕ੍ਰੈਡਿਟ ਬਹੁਤ ਘੱਟ ਮਿਲਦਾ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ, ਠੀਕ ਆ, ਜਿਵੇਂ ਸੁਦੇਸ਼ ਕੁਮਾਰੀ, ਦੀਪਕ ਢਿੱਲੋਂ, ਹੈ ਨਾ, ਅਤੇ ਇੱਕ ਗੁਰਲੇਜ਼ ਅਖਤਰ, ਇਹਨਾਂ ਤਿੰਨਾਂ ਨੇ ਮਤਲਬ ਕਿ ਮੈਨੂੰ ਲੱਗਦਾ ਆਪਣੀ ਲਾਈਫ ਦੇ ਵਿੱਚ ਪਤਾ ਨਹੀਂ ਕਿੰਨੇ ਗਾਣੇ ਗਾਏ ਹੋਣੇ ਆ, ਅਤੇ ਪਰ ਇਹਨਾਂ ਨੂੰ ਉਨਾ ਕ੍ਰੈਡਿਟ ਨਹੀਂ ਮਿਲਦਾ। ਉਹ ਗੱਲ ਗਲਤ ਆ। ਜੇਕਰ ਤੁਹਾਨੂੰ ਕਿਤੇ ਤੁਸੀਂ ਗਾਣਾ ਦੇਖੋ ਨਾ, ਇਹਨਾਂ ਦਾ ਗਾਣਾ ਆਇਆ ਅਤੇ ਟਾਈਟਲ ਦੇ ਵਿੱਚ ਕ੍ਰੈਡਿਟ ਨਾ ਦਿੱਤਾ ਹੋਵੇ, ਤਾਂ ਨੀਚੇ ਕਮੈਂਟ ਕਰਿਆ ਕਰੋ ਕਿ ਗਾਣਾ ਵਧੀਆ ਪਰ ਕ੍ਰੈਡਿਟ ਦੇਣਾ ਬਣਦਾ। ਸਹੀ ਹੈ ਨਾ। ਸੋ ਇਹ ਸੀਗਾ ਅੱਜ ਵੀਡੀਓ, ਤੁਹਾਨੂੰ ਕਿੱਦਾਂ ਲੱਗੀ ਦੱਸਿਓ ਜ਼ਰੂਰ, ਅਤੇ ਜੇਕਰ ਤੁਹਾਡੇ ਮਨ 'ਚ ਵੀ ਕੋਈ ਨਵੀਂ ਗੱਲ ਹੈਗੀ ਆ ਤਾਂ ਨੀਚੇ ਕਮੈਂਟ ਕਰਕੇ ਜ਼ਰੂਰ ਜਾਇਓ, ਐਵੇਂ ਨਾ ਤੁਰ ਜਿਓ, ਠੀਕ ਹੈ। ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਆ ਹੁਣ ਤੱਕ ਤਾਂ, ਜੇ ਨਹੀਂ ਕੀਤਾ ਕਰ ਲਓ। ਮੈਂ ਮਿਲਦਾ ਤੁਹਾਨੂੰ ਕਿਸੇ ਹੋਰ ਵਿੱਚ, ਤਦ ਤੱਕ ਬਾਏ, ਟੇਕ ਕੇਅਰ, ਸੀ ਯੂ। With the